ਸਾਡੀ ਪੰਜਾਬ ਪੁਲਿਸ ਟੀਮ ਵੱਲੋਂ ਗ੍ਰਾਮ ਪੰਚਾਇਤ ਪਿੰਡ ਰੋਲੀ ਭਾਈ ਤੋਂ ਤੁਹਾਡੇ ਆਪਣੇ ਸਰਬ ਸਾਂਝੇ ਬੇਦਾਗ ਇਮਾਨਦਾਰ ਪੜ੍ਹੇ ਲਿਖੇ ਸੂਝਵਾਨ ਅਤੇ ਹਰ ਸੁੱਖ ਦੁੱਖ ਵਿੱਚ ਤੁਹਾਡੇ ਨਾਲ ਖੜਨ ਵਾਲੇ ਸਰਪੰਚ ਕੁਲਦੀਪ ਸਿੰਘ ਸੰਘਾ ਜੀ ਨੂੰ ਸਰਪੰਚ ਬਣਨ 'ਤੇ ਬਹੁਤ ਬਹੁਤ ਮੁਬਾਰਕਾਂ। ਬੀਤੇ ਦਿਨ ਸਾਡੀ ਪੰਜਾਬ ਪੁਲਿਸ ਟੀਮ ਵੱਲੋਂ ਕੁਲਦੀਪ ਸਿੰਘ ਸੰਘਾ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ, ਜਿਨ੍ਹਾਂ ਨੇ ਕੁਲਦੀਪ ਸਿੰਘ ਸੰਘਾ ਜੀ ਦੀ ਬੇਹੱਦ ਤਾਰੀਫ ਕੀਤੀ। ਆਓ ਮਾਰਦੇ ਹਾਂ ਨਜ਼ਰ ਇਸ ਦੀਆਂ ਕੁਝ ਝਲਕੀਆਂ ਤੇ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਜੇ ਅਸੀਂ ਆਏ ਹਾਂ ਇਤਿਹਾਸਕ ਪਿੰਡ ਰੋਲੀ ਭਾਈ, ਜਿਹੜੀ ਕਿ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਔਰ ਜਿਹਦੇ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਆਈ ਹੈ, ਔਰ ਅਸੀਂ ਗੱਲ ਕਰ ਰਹੇ ਹਾਂ ਇੱਥੋਂ ਦੇ ਕੁਲਦੀਪ ਸਿੰਘ ਸੰਘਾ ਜੀ ਦੇ ਨਾਲ, ਜਿਹੜੇ ਕਿ ਸਰਪੰਚੀ ਦੀ ਚੋਣ ਲੜ ਰਹੇ ਨੇ। ਬਾਈ ਜੀ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਪੰਜਾਬ ਚੈਨਲ ਦਾ। ਬਾਈ ਜੀ, ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਹਮੇਸ਼ਾ ਲੋਕਾਂ ਦੇ ਨਾਲ ਕਦੇ ਨਾ ਕੰਧਾਂ ਮਿਲਾ ਕੇ ਚੱਲੇ, ਔਰ ਹੁਣ ਜਦੋਂ ਵੋਟਾਂ ਦਾ ਜਿਹੜਾ ਬਿਗਲ ਵੱਜਿਆ ਉਹਦੇ ਵਿੱਚ ਵੀ ਸਾਂਝੇ ਇਨਸਾਨ ਹੋ ਕੇ, ਇੱਕ ਕਿਸੇ ਪਾਰਟੀ ਦੇ ਨਾਲ ਨਹੀਂ ਬਲਕਿ ਸਾਂਝੇ ਹੋ ਕੇ ਇਹ ਜਿਹੜੀ ਹੈਗੀ ਆ ਚੋਣ ਲੜ ਰਹੇ ਹੋ, ਕਿਉਂਕਿ ਇਹ ਚੋਣਾਂ ਜਿਹੜੀਆਂ ਆਪਸੀ ਭਾਈਚਾਰੇ ਦੀਆਂ ਚੋਣਾਂ ਹੁੰਦੀਆਂ ਜਿਹਦੇ ਵਿੱਚ ਇਨਸਾਨ ਦੇਖੇ ਜਾਂਦੇ ਆ, ਜਿਹਦੇ 'ਚ ਪਾਰਟੀਆਂ ਨਹੀਂ ਦੇਖੇ ਜਾਂਦੇ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜਿਹੜਾ ਪੰਚਾਇਤੀ ਚੋਣਾਂ ਹੁੰਦੀਆਂ ਜੀ, ਇਹਦੇ ਵਿੱਚ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ ਜੀ, ਅਤੇ ਹਰੇਕ ਪਾਰਟੀ ਤੋਂ ਉੱਪਰ ਉੱਠ ਕੇ ਆਪਾਂ ਇਹਦੇ ਵਿੱਚ ਹਿੱਸਾ ਲੈਂਦੇ ਹਾਂ। ਅਤੇ ਹਰੇਕ, ਮੈਂ ਤਾਂ ਇਹ ਕਹੂੰਗਾ ਵੀ ਜੋ ਵੀ ਸਰਪੰਚ ਹੁੰਦੇ ਆ ਇਸ ਪਿੰਡਾਂ ਦੇ ਵਿੱਚ ਖੜ੍ਹਦੇ ਆ ਜਾਂ ਵੀ ਪਾਰਟੀ ਬਚ ਤੋਂ ਉੱਪਰ ਉੱਠ ਕੇ ਲੜਨ। ਵੀਰ ਜੀ, ਜਿੱਦਾਂ ਅਸੀਂ ਦੇਖਿਆ ਕਿ ਉਹ ਬੰਦੇ ਜਿਹੜੇ ਕਦੇ ਵੀ ਟਾਈਮ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਉੱਦਾਂ ਨਹੀਂ ਵੇਸਟ ਕਰਦੇ ਗਏ, ਜਿੱਦਾਂ ਅਸੀਂ ਡਾਕਟਰ ਸਾਹਿਬ ਨੂੰ ਮਿਲੇ, ਵੀਰ ਜੀ ਨੂੰ ਮਿਲੇ ਜਿਨ੍ਹਾਂ ਦੀ ਆਪਦੀ ਖੁਦ ਦੀਆਂ ਸ਼ੋਪਾਂ ਹੈਗੀਆਂ, ਔਰ ਹੋਰ ਲੋਕਾਂ ਨੂੰ ਮਿਲੇ। ਜਿਹੜੇ ਲੋਕ ਇਹ ਸੋਚ ਰਹੇ ਆ ਵੀ ਇਹ ਜੰਗ ਜਿਹੜੀ ਆ ਇਹ ਸਾਡੀ ਆਪਦੀ ਜੰਗ ਆ, ਇਹ ਕੁਲਦੀਪ ਸੰਘਾ ਦੀ ਜੰਗ ਨਹੀਂ ਗੀ, ਕੀ ਕਹਿਣਾ ਚਾਹੋਗੇ? ਇੰਨਾ ਪ੍ਰੇਮ ਲੋਕਾਂ ਨਾਲ ਬਣਾਇਆ, ਸਾਰਾ ਪਿੰਡ ਜਿਹੜਾ ਹੈਗਾ ਉਹਨਾਂ ਉਹਦੇ ਵਿੱਚ ਇੱਕ ਉਤਸ਼ਾਹ ਵੀ ਸਾਡਾ ਇਹ ਨੌਜਵਾਨ ਵੀਰ ਜਿਹੜਾ ਹੈਗਾ ਅਗਰ ਇਹ ਸਰਪੰਚ ਬਣਦਾ ਤਾਂ ਇਹ ਪਿੰਡ ਦਾ ਇੱਕ ਨਕਸ਼ਾ ਬਦਲ ਕੇ ਰੱਖ ਦੂ। ਬਾਈ ਜੀ, ਗੱਲ ਇਹ ਹੈਗੀ ਆ ਵੀ ਆਪਾਂ ਕਿਸੇ ਅਹੁਦੇ 'ਤੇ ਨਾ ਹੁੰਦੇ ਹੋਏ ਵੀ ਲੋਕਾਂ ਦੇ ਨਾਲ ਵਿਚਰਦੇ ਹਾਂ, ਸੇਵਾ ਕਰਦੇ ਹਾਂ ਪੰਜਾਬ ਦੀ, ਪੰਜਾਬ ਦੇ ਲੋਕਾਂ ਦੀ, ਪਿੰਡ ਦੀ, ਪਿੰਡ ਦੇ ਲੋਕਾਂ ਦੀ, ਹਰੇਕ ਮੁੱਦੇ 'ਤੇ ਆਪਾਂ ਵਿਚਾਰ ਵਟਾਂਦਰਾ ਵੀ ਕਰਦੇ ਹਾਂ ਲੋਕਾਂ ਦੇ ਨਾਲ, ਅਤੇ ਲੋਕਾਂ ਦੇ ਮੁੱਦੇ ਹੱਲ ਵੀ ਕਰਵਾਉਂਦੇ। ਵੀਰ ਜੀ, ਇੱਕ ਉਹ ਸੱਚਾ ਸੁੱਚਾ ਇਨਸਾਨ ਜਿਹਨੇ ਲੋਕਾਂ ਦੇ ਕੰਧੇ ਨਾਲ ਕੰਧਾਂ ਮਿਲਾ ਕੇ ਕੰਮ ਕਰੇ, ਔਰ ਸੁਬਾਹ ਤੋਂ ਲਾ ਕੇ ਸ਼ਾਮ ਤੱਕ ਜਿਵੇਂ ਜਿਹੜਾ ਵੀ ਬੰਦਾ ਆ ਗਿਆ ਕਦੇ ਉਹਨੂੰ ਮੋੜਿਆ ਨਹੀਂ ਗਾ, ਉਹਦੇ ਨਾਲ ਜਾਣਾ, ਉਹਦੀ ਸੇਵਾ ਕਰਨੀ। ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਵੀ ਕੋਈ ਲੜਾਈ ਝਗੜੇ ਵਾਲਾ ਕੰਮ ਹੁੰਦਾ ਸੀਗਾ ਉਹ ਆਪਦੇ ਨਾਲ ਉਹਨੂੰ ਥਾਣੇ ਤੱਕ ਨਹੀਂ ਜਾਣ ਦਿੱਤੀ ਗੱਲ, ਬਲਕਿ ਆਪ ਮਿਟਵਾ ਦੇਣਾ। ਲੋਕਾਂ ਦੇ ਤਲਾਕ ਦੇ ਜਿਹੜੇ ਕੇਸ ਹੁੰਦੇ ਸੀ ਬਿਲਕੁਲ ਤਲਾਕ ਵਾਂਗੂ ਲੱਗਦਾ ਸੀਗਾ, ਉਹਨਾਂ ਨੂੰ ਕਾਉਂਸਲਿੰਗ ਕਰ ਕਰਕੇ ਆਪਣੇ ਪ੍ਰੇਮ ਦੇ ਨਾਲ ਉਹਨਾਂ ਦੇ ਘਰ ਵਸਾ ਦੇ ਕੁੜੀਆਂ ਦੇ। ਕੀ ਕਹਿਣਾ ਚਾਹੋਗੇ? ਜੀ, ਜਦੋਂ ਮੈਂ ਇਸ ਲਾਈਨ ਦੇ ਵਿੱਚ ਪਿਆ ਨਾ, ਪੋਲੀਟੀਕਲ ਲਾਈਨ ਦੇ ਵਿੱਚ, ਥੋੜ੍ਹਾ ਬਹੁਤਾ ਆਪਾਂ ਪੋਲੀਟੀਕਲ ਲਾਈਨ ਤੁਸੀਂ ਨਹੀਂ ਕਹਿ ਸਕਦੇ, ਸਮਾਜ ਸੇਵੀ ਲਾਈਨ ਕਹਿ ਸਕਦੇ ਹਾਂ, ਸਮਾਜ ਸੇਵੀ ਲਾਈਨ ਦੇ ਵਿੱਚ ਪਏ ਹਾਂ। ਸਾਡੇ ਸਤਿਕਾਰਯੋਗ ਮਾਤਾ ਜੀ ਨੇ, ਬੀਬੀ ਬਲਦੇਵ ਕੌਰ ਜੀ, ਸਾਬਕਾ ਸਰਪੰਚ, ਉਹਨਾਂ ਨੇ ਇਸ ਪਿੰਡ ਦੀ 20 ਸਾਲ ਨੁਮਾਇੰਦਗੀ ਕੀਤੀ ਹੈ, ਉਹਨਾਂ ਦੇ ਹਸਬੈਂਡ ਨੇ ਪਹਿਲਾਂ, ਫਿਰ ਉਹਨਾਂ ਨੇ, ਮੈਨੂੰ ਉਹਨਾਂ ਦੇ ਨਾਲ ਰਹਿਣ ਦਾ ਬਹੁਤ ਜ਼ਿਆਦਾ ਸਮਾਂ ਮੇਰਾ ਉਹਨਾਂ ਦੇ ਨਾਲ ਬਤੀਤ ਹੋਇਆ। ਉਹਨਾਂ ਨੇ ਇਹ ਚੀਜ਼ਾਂ ਸਿਖਾਈਆਂ ਸੱਚ ਦੇ ਪਹਿਰਾ ਦੇਣਾ, ਚਾਹੇ ਉਹ ਕੋਈ ਵੀ, ਚਾਹੇ ਸਾਡਾ ਆਪਦਾ ਬੰਦਾ ਵੀ ਹੁੰਦਾ ਸੀ ਜਾਂ ਕੋਈ ਵੀ ਗੱਲਬਾਤ ਪਿੰਡ ਦੇ ਵਿੱਚ ਰੌਲਾ ਪੈਣਾ, ਉਹਨਾਂ ਨੇ ਸੱਚ ਦੇ ਪਹਿਰਾ ਦੇਣਾ ਸਿਖਾਇਆ। ਇਹ ਨਹੀਂ ਵੇਖਿਆ ਕਦੇ ਵੀ ਇਹ ਬੰਦਾ ਆਪਾਂ ਨੂੰ ਵੋਟ ਪਾਊਗਾ ਜਾਂ ਨਹੀਂ ਪਾਊਗਾ, ਬੇਸ਼ੱਕ ਉਲਟ ਹੁੰਦਾ ਕੋਈ ਹੋ ਜਾਵੇ, ਪਰ ਜਿਹੜੀ ਸੱਚ ਆ ਉਹ ਸੱਚ ਹੀ ਕਿਹਾ ਹਮੇਸ਼ਾ, ਅਤੇ ਉਹਨਾਂ ਦੀ ਲਾਈਨ 'ਤੇ ਚੱਲ ਰਹੇ ਹਾਂ ਆਪਾਂ। ਵੀਰ ਜੀ, ਜਿਸ ਤਰੀਕੇ ਨਾਲ ਪਹਿਲੇ ਦਿਨ ਤੁਸੀਂ ਸਾਰੇ ਪਿੰਡ ਦੇ ਸਾਹਮਣੇ ਗੱਲ ਕਰੀ ਵੀ ਭਾਈ ਹੁਣ ਮੈਂ ਖੜ੍ਹਦਾ ਗਿਆ, ਨਾ ਤਾਂ ਮੈਂ ਕਿਸੇ ਨਸ਼ੇ ਵਾਲੇ ਦਾ ਸਮਰਥਨ ਕਰਨਾ, ਨਾ ਮੈਂ ਕਿਸੇ ਗਲਤ ਕੰਮ ਵਾਲੇ ਦਾ, ਵੀ ਅਗਲਾ ਕਹੇ ਵੀ ਮੈਂ ਗਲਤ ਕੰਮ ਕਰ ਲਾਂ, ਵੀ ਤੁਸੀਂ ਕੋਈ ਤੁਹਾਡੇ ਨਾਲ ਜਾਇਜ਼ਤੀ ਹੁੰਦੀ ਹੈ ਧੱਕਾ ਹੁੰਦਾ ਤਾਂ ਮੈਂ ਖੜ੍ਹਾ ਤੁਹਾਡੇ ਨਾਲ, ਚਾਹੇ ਮੇਰਾ ਸਾਰਾ ਕੁਝ ਲੱਗ ਜਾਵੇ, ਮੇਰੀ ਸਰੀਰ ਵੀ ਲੱਗ ਜਾਵੇ, ਲੇਕਿਨ ਮੈਂ ਕੋਈ ਗਲਤ ਕੰਮ ਵਾਲੇ ਨਾਲ ਨਹੀਂ ਖੜ੍ਹਾਂ। ਬਿਲਕੁਲ ਜੀ, ਇਹ ਲੋਕਾਂ ਨੂੰ, ਪਿੰਡ ਵਾਸੀਆਂ ਨੂੰ, ਸਾਡੇ ਨੂੰ ਪਹਿਲਾਂ ਹੀ ਪਤਾ ਜੀ, ਪਿੰਡ ਵਾਸੀਆਂ ਨੂੰ ਕੀ, ਇਲਾਕੇ ਵਾਸੀਆਂ ਨੂੰ ਹੀ ਪਤਾ ਹੈਗਾ ਵੀ ਆਪਾਂ ਅੱਜ ਤੱਕ ਕਿਸੇ ਵੀ ਥਾਣੇ ਵਿੱਚ ਜਾਂ ਦਰਬਾਰੇ ਕਿਤੇ ਵੀ ਕਿਸੇ ਨਸ਼ਾ ਤਸਕਰ ਦੇ ਨਾਲ ਜਾਂ ਕਿਸੇ ਵੀ ਨਸ਼ੇ ਬੰਦੇ ਵਾਲੇ ਬੰਦੇ ਦੇ ਨਾਲ ਆਪਾਂ ਕਦੇ ਕੋਈ ਨਾ ਵਾਰਤਾਲਾਪ ਕੀਤਾ, ਨਾ ਆਪਾਂ ਇਹਨਾਂ ਬੰਦਿਆਂ ਨੂੰ ਛੁਡਾਉਂਦੇ। ਜੇ ਕੋਈ ਆਪਦਾ ਬੰਦਾ ਵੀ, ਕਈ ਵਾਰ ਜਿਵੇਂ ਘਰੇਲੂ ਆਪਣੇ ਪਿੰਡਾਂ ਦੇ ਵਿੱਚ ਸਾਡਾ ਭਾਈਚਾਰਕ ਸਾਂਝ ਹੁੰਦੀ ਹੈ, ਬੜੇ ਨੇੜੇ ਦੇ ਬੰਦੇ ਵੀ ਕਈ ਵਾਰ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੋਏ ਆ, ਪਰ ਆਪਾਂ ਹੱਥ ਜੋੜ ਕੇ ਉਹਨਾਂ ਤੋਂ ਮਾਫ਼ੀ ਮੰਗੀ ਹੈ ਵੀ ਇਸ ਕੰਮ ਦੇ ਵਿੱਚ ਥੋੜ੍ਹਾ ਸਾਥ ਨਹੀਂ ਦੇ ਸਕਦੇ। ਵੀ ਜਿਸ ਤਰੀਕੇ ਦੇ ਨਾਲ ਹੁਣ ਹਰ ਬੇਟਾ ਜਿਹੜਾ ਹਮੇਸ਼ਾ ਪਿੰਡ ਦੇ ਨੌਜਵਾਨਾਂ ਨੂੰ ਪੋਜ਼ਿਟਿਵਿਟੀ ਦਿੰਦਾ ਵੀ ਭਾਈ ਤੁਸੀਂ ਕਬੱਡੀ ਖੇਡੋ, ਹਮੇਸ਼ਾ ਇਸ ਪਰਿਵਾਰ ਨੇ ਬਹੁਤ ਵੱਡੇ ਜਿਹੜੇ ਫੰਡਸ ਹੈਗੇ ਆ ਕਿਸੇ ਨੂੰ ਨਾ ਨਹੀਂ ਕੀਤੀ, ਚਾਹੇ ਉਹ ਧਾਰਮਿਕ ਸਥਾਨ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਸਾਂਝਾ ਕੰਮ ਹੁੰਦਾ ਪਿੰਡ ਦਾ, ਤਾਂ ਦਿਲ ਖੋਲ੍ਹ ਕੇ ਪਰਿਵਾਰ ਜਿਹੜਾ ਸੇਵਾ ਕਰਦਾ।
ਮੈਂ ਜੀ ਜੇ ਇਹ ਗੱਲ ਮੈਂ ਆਪਦੇ ਮੂੰਹੋਂ ਕਹਾਂ ਤਾਂ ਉਹ ਫਿਰ ਵਡਿਆਈ ਵਾਲਾ ਕੰਮ ਹੋ ਜੂਗਾ। ਇਹ ਤੁਸੀਂ ਨਗਰ ਨਿਵਾਸੀਆਂ ਤੋਂ ਅਤੇ ਪਿੰਡ ਵਾਸੀਆਂ ਤੋਂ ਸਾਰਿਆਂ ਤੋਂ ਪੁੱਛ ਸਕਦੇ ਹੋ, ਕਿਸੇ ਵੀ ਬੰਦੇ ਨੂੰ ਤੁਹਾਨੂੰ ਸਾਰਾ ਪਿੰਡ ਇਸ ਗੱਲ ਦੀ ਅਗਵਾਈ ਭਰੂਗਾ। ਆਪਾਂ ਹਰੇਕ ਥਾਂ ਜਿੰਨਾ ਤਿਲ ਫੁੱਲ ਹੈਗਾ ਉਹ ਲੈ ਕੇ ਹਾਜ਼ਰ ਹੋਵਾਂਗੇ। ਵੀਰ ਜੀ, ਲੋਕਾਂ ਨੂੰ ਹੁਣ ਉਮੀਦਾਂ ਵੀ ਇਹ ਪਿੰਡ ਜਿਹੜਾ ਹੈਗਾ ਉਹ ਇੱਕ ਨਮੂਨੇ ਦਾ ਪਿੰਡ ਬਣੂਗਾ। ਅਗਰ ਇਹ ਪਿੰਡ ਇਹਦੇ ਵਿੱਚ ਐਡਾ ਧਾਰਮਿਕ ਸਥਾਨ ਆ, ਐਡੇ ਮਹਾਂਪੁਰਖ ਜਿਹੜੇ ਇੰਟੈਂਗਲ ਹੈ ਇਹਦੇ ਵਿੱਚ, ਔਰ ਇਹ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਬਣਾਵਾਂਗੇ, ਚਾਰੇ ਪਾਸੇ ਗ੍ਰੀਨਰੀ, ਇਹਦੇ ਵਿੱਚ ਕੈਮਰੇ ਲੱਗ ਜਾਣਗੇ, ਇਹਦੇ ਵਿੱਚ ਇਹੋ ਜਿਹਾ ਪਿੰਡ ਬਣਾਵਾਂਗੇ ਕਿ ਲੋਕ ਦੇਖਣਗੇ। ਬਿਲਕੁਲ ਜੀ, ਮੇਨ ਸੋਚ ਇਹੀ ਲੈ ਕੇ ਚੱਲੇ ਹੋਏ ਹਾਂ ਵੀ ਇਸ ਪਿੰਡ ਨੂੰ ਉਹ ਲੀਹ 'ਤੇ ਲਿਆ ਕੇ ਖੜ੍ਹਾ ਕਰਾਂਗੇ ਵੀ ਜਿਹੜੀ ਦੁਨੀਆ ਦੇਖੂਗੀ ਵੀ ਚਲੋ ਇਸ ਪਿੰਡ ਦੇ ਵਿੱਚ ਵੀ ਕੁਛ ਨਾ ਕੁਛ ਸੁਧਾਰ ਹੋਣਾ ਸ਼ੁਰੂ ਹੋਇਆ। ਇੰਨਾ ਕੁ ਇਹਨੂੰ ਹਰਾ ਭਰਾ ਬਣਾ ਲਾਂਗੇ ਵੀ ਲੋਕ ਇੱਕ ਤਰ੍ਹਾਂ ਦਾ ਚੰਡੀਗੜ੍ਹ ਦਾ ਨਮੂਨਾ ਬਣਾਉਣ ਦੀ ਜੋ ਦਿਲ ਦੇ ਵਿੱਚ ਰੀਝ ਹੈਗੀ ਹੈ। ਬਾਕੀ ਅੱਗੇ ਲੋਕਾਂ ਨੇ ਫਤਵਾ ਦੇਣਾ ਜੀ, ਜੇ ਫਤਵਾ ਮਿਲੂਗਾ ਤਾਂ ਜ਼ਰੂਰ ਇਸ ਗੱਲ ਨੂੰ ਨੇਪਰੇ ਚੜਾਂਗੇ। ਵੀਰ ਜੀ, ਔਰਗੈਨਿਕ ਦੇ ਜਿੱਦਾਂ ਤੁਹਾਡਾ ਮਾਇੰਡ ਆ ਕਿ ਇਸ ਪਿੰਡ ਦੇ ਵਿੱਚ ਲੋਕਾਂ ਨੂੰ ਗਾਈਡ ਕੀਤਾ ਜਾਊਗਾ ਵੀ ਔਰਗੈਨਿਕ ਭਾਈ ਤੁਸੀਂ ਬੀਜੋ ਔਰ ਫਸਲੀ ਚੱਕਰ ਤੋਂ ਬਾਹਰ ਆਓ, ਇਹ ਨਹੀਂ ਵੀ ਕਣਕ ਦੇ ਝੋਨਾ ਹੋਰ ਫਸਲਾਂ ਬੀਜੋ, ਜਿਵੇਂ ਹੁਣ ਲਸਣ ਜਿਨ੍ਹਾਂ ਨੇ ਬੀਜਿਆ ਉਹ ਕਰੋੜਾਪਤੀ ਬਣ ਗਏ, ਇੰਨੀ ਵਧੀਆ ਜਿਹੜੀ ਹੈਗੀ ਆ ਲਸਣ ਦੇ ਵਿੱਚ ਐਤਕੀ ਰੇਟ ਵਧੇ ਨੇ, ਫੁੱਲਾਂ ਦੀ ਲੋਕ ਖੇਤੀ ਕਰਦੇ ਆ, ਲੋਕ ਹੋਰ ਖੇਤੀਆਂ ਕਰਦੇ ਨੇ, ਅਤੇ ਇੱਕ ਫਸਲੀ ਚੱਕਰ ਦਾ ਜਿਹੜਾ ਭਿੰਨਤਾ ਜਿਹੜੀ ਥੋੜ੍ਹੀ ਜਿਹੀ ਲਿਆਈ ਜਾਵੇ ਅਤੇ ਜਿਹੜੀਆਂ ਖਾਦਾਂ ਹੈਗੀਆਂ ਉਹ ਵੀ ਕੁਦਰਤੀ ਖਾਦਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹਦੇ ਨਾਲ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ। ਅਸੀਂ ਪਹਿਲਾਂ ਵੀ ਸਮੇਂ ਸਮੇਂ 'ਤੇ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਲਾਉਂਦੇ ਰਹਿੰਦੇ ਹਾਂ ਜੀ। ਹੁਣ ਪਿੱਛੇ ਜੇ ਵੀ ਅਸੀਂ ਇਸ ਤਰ੍ਹਾਂ ਦਾ ਕੈਂਪ ਲਾਇਆ ਸੀ ਸੁਸਾਇਟੀ ਦੇ ਵਿੱਚ, ਜਿਹਦੇ ਵਿੱਚ ਔਰਗੈਨਿਕ ਖਾਦਾਂ ਜਿਹੜੀਆਂ ਹੈਗੀਆਂ ਉਹ ਔਰਗੈਨਿਕ ਜਿਹੜੀ ਖੇਤੀ ਹੈਗੀ ਆ ਉਹਦੇ ਬਾਰੇ ਵਿੱਚ ਕਾਫੀ ਵੱਡਾ ਕੈਂਪ ਲੱਗਾ ਸੀ ਸਾਡੇ ਜੰਨੀ ਮੋਗਾ ਜ਼ਿਲ੍ਹੇ ਦੇ ਕਾਫੀ ਪਿੰਡਾਂ ਦੇ ਬੰਦੇ ਇੱਥੇ ਪਹੁੰਚੇ ਸੀ। ਉਹਦੇ ਵਿੱਚ ਲੋਕਾਂ ਨੂੰ ਡਾਕਟਰ ਸਦਕੇ PGI ਯੂਨੀਵਰਸਿਟੀ ਇੱਥੋਂ ਲੁਧਿਆਣਾ ਤੋਂ ਉਹਨਾਂ ਨੂੰ ਕਾਫੀ ਉਹਦੇ ਬਾਰੇ ਦੱਸਿਆ ਹੈਗਾ ਵੀ ਆਪਾਂ ਇੱਧਰੋਂ ਨੈਨੋ ਜਿਵੇਂ ਨੈਨੋ ਯੂਰੀਆ ਹੋ ਗਈ ਜਾਂ ਇਹ ਚੀਜ਼ਾਂ ਵਰਤ ਕੇ ਵੀ ਆਪਾਂ ਆਪਣੀ ਸਿਹਤ ਦੇ ਨਾਲ ਅਸੀਂ ਆਪ ਹੀ ਖਿਲਵਾੜ ਕਰ ਰਹੇ ਹਾਂ, ਕਿਉਂਕਿ ਉਹ ਚੀਜ਼ਾਂ ਦਾ ਪਹਿਲਾਂ ਪਤਾ ਨਹੀਂ ਸੀ ਲੋਕਾਂ ਨੂੰ। ਆਪਾਂ ਫਸਲ ਨੂੰ ਵਧਾਉਣ ਦੇ ਚੱਕਰ ਵਿੱਚ ਲੱਗੇ ਹੋਏ ਸੀ, ਹੁਣ ਆਪਾਂ ਚਾਹੁੰਦੇ ਹਾਂ ਵੀ ਜਿਹੜੀ ਫਸਲ ਹੈਗੀ ਆ ਇਹ ਭਿੰਨਤਾ ਦੇ ਨਾਲ ਕੀਤੀ ਜਾਵੇ, ਅਲੱਗ ਅਲੱਗ ਤਰ੍ਹਾਂ ਦੇ ਨਾਲ ਵੀ ਇਕੱਲੇ ਝੋਨੇ 'ਤੇ ਜ਼ੋਰ ਨਾ ਦਿੱਤਾ ਜਾਵੇ ਜਾਂ ਕਣਕ 'ਤੇ ਜ਼ੋਰ ਨਾ ਦਿੱਤਾ ਜਾਵੇ। ਫਿਰ ਜੀ, ਮੈਡੀਕਲ ਫੈਸਿਲਿਟੀਆਂ ਦਾ ਜਿੱਦਾਂ ਤੁਹਾਡਾ ਮਾਇੰਡ ਆ ਕਿ DMC CMC ਇਹਨਾਂ ਹੋਸਪਿਟਲਾਂ ਨਾਲ ਮਿਲ ਕੇ ਇੱਥੇ ਕੈਂਪ ਲਗਾਏ ਜਾਣਗੇ, ਖੂਨਦਾਨ ਦੇ ਕੈਂਪ, ਇੱਥੇ ਹਰ ਚੀਜ਼ ਜਿਹੜੀ ਹੈਗੀ ਆ ਉਹ ਇੱਦਾਂ ਦੀ ਹੋਊਗੀ ਵੀ ਲੋਕਾਂ ਨੂੰ ਫੈਸਿਲਿਟੀ ਮਿਲੂਗੀ ਹਰ ਚੀਜ਼ ਦੀ, ਔਰ ਉਹਨਾਂ ਦੇ ਮਨ ਦੇ ਵਿੱਚ ਇੱਕ ਭਰਮ ਨਹੀਂ ਹੈ। ਜਿਵੇਂ ਆਪਾਂ ਲੜਕੀਆਂ ਦੀ ਗੱਲ ਕਰ ਲਈਏ ਤਾਂ ਲੜਕੀਆਂ ਨੂੰ ਵੀ ਜਿੱਦਾਂ ਤੁਸੀਂ ਹੌਸਲਾ ਦਿੰਦੇ ਹੋ ਭਾਈ ਆਪਾਂ ਫੇਸ ਕਰਨਾ, ਡਰਨਾ ਨਹੀਂ ਕਿਸੇ ਤੋਂ, ਇੱਥੇ ਇਹ ਨਹੀਂ ਵੀ ਆਪਾਂ ਅਬਲਾ ਬਣ ਕੇ ਜਾਣਾ, ਆਪਾਂ ਉਹਨਾਂ ਦਾ ਸਟਰੋਂਗਲੀ ਸਾਹਮਣਾ ਕਰਨ। ਪਹਿਲਾਂ ਜਿਸ ਤਰ੍ਹਾਂ ਤੁਸੀਂ ਹੈਲਥ ਸਿਸਟਮ ਦੀ ਗੱਲ ਕੀਤੀ ਹੈ, ਹੈਲਥ ਸਿਸਟਮ ਸਾਡੇ ਪਿੰਡ 24-25 ਪਿੰਡਾਂ ਦਾ ਹੋਸਪਿਟਲ ਹੈਗਾ ਬਣਿਆ ਹੋਇਆ, ਜਦੋਂ ਆਪਾਂ CHC ਕਹਿ ਦਿੰਦੇ ਹਾਂ, 24 ਪਿੰਡਾਂ ਦਾ ਹੈਗਾ ਇਹ। ਇਹਦੇ ਵਿੱਚ ਸਾਡੇ ਕਾਫੀ ਸਮੇਂ ਤੋਂ ਜਿਹੜੇ ਡਾਕਟਰ ਹੈਗੇ ਆ ਪਰਮਾਨੈਂਟ ਡਾਕਟਰ ਨਹੀਂ ਇੱਥੇ, ਇੱਥੇ ਸਿਰਫ ਡੈਪੋਟੇਸ਼ਨ ਦੇ ਡਾਕਟਰ ਲੱਗਦੇ ਆ, ਜਿਨ੍ਹਾਂ ਦੀ ਪਰਮਾਨੈਂਟ ਡਿਊਟੀ ਹੁੰਦੀ ਆ ਉਹ ਵੀ ਇੱਥੋਂ ਪੋਸਟ ਕਰਵਾ ਕੇ ਪੋਸਟਪੋਨ ਕਰਵਾ ਲੈਂਦੇ ਆ, ਮੋਗਾ ਵਾਸਤੇ ਸ਼ਿਫਟ ਕਰ ਲੈਂਦੇ ਆ, ਡੈਪੋਟੇਸ਼ਨ 'ਤੇ ਉੱਥੇ ਚਲੇ ਜਾਂਦੇ ਆ। ਅਸੀਂ ਇਹਨਾਂ ਚੀਜ਼ਾਂ 'ਤੇ ਪਹਿਲਾਂ ਮੇਨ ਸਭ ਤੋਂ ਧਿਆਨ ਦੇਵਾਂਗੇ, ਬਾਕੀ ਅਸੀਂ ਜਿਹੜੇ ਕੈਂਪ ਹੈਗੇ ਇੱਥੇ ਲਾਉਂਦੇ ਰਹਿੰਦੇ, ਜਿਸ ਤਰ੍ਹਾਂ ਕੁਲਵੰਤ ਸਿੰਘ ਜੀ ਧਾਲੀਵਾਲ ਹੈਗੇ ਨੇ ਕੈਂਸਰ ਵਾਲੇ, ਉਹ ਜਿਸ ਤਰ੍ਹਾਂ ਕੈਂਪ ਅਸੀਂ ਉਹਨਾਂ ਦੇ ਕੈਂਪ ਵੀ ਇੱਥੇ 2 ਲਵਾ ਚੁੱਕੇ ਆਲਰੇਡੀ ਪਹਿਲਾਂ। ਇਹਨਾਂ ਚੀਜ਼ਾਂ ਨੂੰ ਤਾਂ ਅਸੀਂ ਜਾਂਦੇ ਆਪਦੇ ਮਨੋ ਹੀ ਇਹ ਦਿਲੀ ਇੱਛਾ ਹੈਗੀ ਹੈ ਵੀ ਜਿਹੜੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ, ਸਾਡੇ ਮਾਂ ਪਿਓ ਨੇ, ਸਾਡੇ ਬਜ਼ੁਰਗ ਨੇ, ਸਾਡੇ ਭੈਣ ਭਰਾ ਨੇ, ਸਾਡੀਆਂ ਧੀਆਂ ਭੈਣਾਂ ਨੇ, ਇਸ ਚੀਜ਼ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਪਹਿਲਾਂ ਵੀ ਕਰ ਰਹੇ ਹਾਂ ਅਤੇ ਹੁਣ ਵੀ ਕਰ ਰਹੇ ਹਾਂ। ਵੀਰ ਜੀ, ਸਾਰਾ ਪਿੰਡ ਜਿਹੜਾ ਹੈਗਾ ਉਹ ਇਹ ਸੋਚ ਰਿਹਾ ਵੀ ਇਹ ਜੰਗ ਜਿਹੜੀ ਹੈ ਕੁਲਦੀਪ ਦੀ ਨਹੀਂ, ਇਹ ਹਰੇਕ ਪਿੰਡ ਵਾਸੀ ਦੀ ਜੰਗ ਆ ਵੀ ਅਗਰ ਸਾਡਾ ਇਹ ਇੱਕ ਕ੍ਰੀਏਟਿਵ ਬੰਦਾ ਜਿਹੜਾ ਹੈਗਾ ਜਿਹੜਾ ਹਰ ਚੀਜ਼ ਦੇ ਵਿੱਚ ਕ੍ਰੀਏਟਿਵਿਟੀ ਲਿਆਊਗਾ, ਅਗਰ ਇਹ ਆ ਜਾਵੇ ਤਾਂ ਸਾਡੇ ਪਿੰਡ ਦਾ ਵਿਕਾਸ ਦੁੱਗਣਾ ਚੁੱਗਣਾ ਹੋ ਜੂ। ਲੋਕਾਂ ਨੂੰ ਬਹੁਤ ਉਤਸ਼ਾਹ ਜੀ ਇਸ ਚੀਜ਼ ਦੇ ਵਿੱਚ, ਕਿਉਂਕਿ ਅਸੀਂ ਬਿਨਾਂ ਕਿਸੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਨਾਲ ਖੜ੍ਹਦੇ ਰਹੇ ਹਾਂ ਅੱਜ ਤੱਕ। ਜਿਵੇਂ ਹੁਣ ਮੌਜੂਦਾ ਸਰਕਾਰ ਹੈਗੀ ਆ, ਸਰਕਾਰ ਦੇ ਨਾਲ ਵੀ ਆਪਾਂ ਜਦੋਂ ਵੀ ਕਿਤੇ ਵੀ ਕਿਸੇ ਤਰ੍ਹਾਂ ਦਾ ਕੰਮ ਹੁੰਦਾ ਬਿਨਾਂ ਭੇਦਭਾਵ ਤੋਂ, ਬਿਨਾਂ ਪਾਰਟੀਬਾਜ਼ੀ ਤੋਂ, ਜਿਸ ਤਰ੍ਹਾਂ MLA ਸਾਹਿਬ ਨੇ ਉਹਨਾਂ ਕੋਲ ਵੀ ਜਾਂਦੇ ਰਹਿੰਦੇ ਹਾਂ ਲੋਕਾਂ ਦੇ ਮੁੱਦੇ ਲੈ ਕੇ, ਉਹ ਆਪਣੇ ਸਿਰ 'ਤੇ ਹੱਥ ਵੀ ਰੱਖਦੇ ਆ, ਲੋਕਾਂ ਦੇ ਮੁੱਦੇ ਹੱਲ ਵੀ ਕਰਵਾਉਂਦੇ ਰਹੇ ਆਪਣੇ ਨਾਲ, ਕਿ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਹੈਗੀਆਂ ਜਾਂਦੀ, ਜਿਹੜੀ ਵੀ ਮੌਜੂਦਾ ਸਰਕਾਰ ਹੁੰਦੀ ਆ, ਆਪਾਂ ਕਿਸੇ ਪਾਰਟੀ ਦੇ ਨਾਲ ਸਪੈਸ਼ਲ ਨਹੀਂ ਹੈਗੇ, ਜਿਹੜੀ ਵੀ ਮੌਜੂਦਾ ਸਰਕਾਰ ਹੁੰਦੀ ਆ ਉਹਨਾਂ ਦੇ MLA ਤੱਕ, ਉਹਨਾਂ ਦੇ ਲੀਡਰ ਤੱਕ ਆਪਾਂ ਪਹੁੰਚ ਕਰਦੇ ਰਹਿੰਦੇ ਹਾਂ ਅਤੇ ਪਿੰਡ ਦਾ ਜਿਹੜਾ ਵਿਕਾਸ ਕਰਵਾਉਣੇ ਜਾਂ ਲੋਕਾਂ ਦੇ ਕੰਮ ਉਹ ਕਰਵਾਉਂਦੇ ਰਹਿੰਦੇ ਹਾਂ। ਵੀਰ ਜੀ, UR ਇੰਸਟੀਟਿਊਸ਼ਨ ਲੰਬੇ ਡੇਟੇ ਆ ਤੁਹਾਡੇ ਕੋਲ, ਬਹੁਤ ਆਪਾਂ ਨੂੰ ਲੰਬਾ ਸਮਾਂ ਲੱਗ ਜੂ, ਕਿਉਂਕਿ ਤੁਸੀਂ ਹਰ ਚੀਜ਼ ਦੇ ਵਿੱਚ ਕ੍ਰੀਏਟਿਵਿਟੀ ਕਰੀ ਵੀ ਹੈਗੀ ਆ, ਔਰ ਹਰੇਕ ਪਿੰਡ ਦੇ ਵਿੱਚ ਜਿਹੜਾ ਕਿਹੜੇ ਮਰਜ਼ੀ ਮੁੱਦੇ 'ਤੇ ਤੁਹਾਡੇ ਨਾਲ ਗੱਲ ਕਰ ਲਈਏ। ਪਰਮਾਤਮਾ ਕਰੇ ਵੀ ਅਸੀਂ 15 ਤਰੀਕ ਦੀ ਜਿਹੜੀ ਸੁੱਖਣੀ ਘੜੀ ਆ ਉਹ ਵਧੀਆ ਤਰੀਕੇ ਨਾਲ ਗੁਜ਼ਰ ਕੇ ਅਤੇ 16 ਤਰੀਕ ਨੂੰ ਫਿਰ ਅਸੀਂ ਜਾਂ 15 ਨੂੰ ਸ਼ਾਮ ਨੂੰ ਮਿਲੀਏ ਆਪਦੇ ਭਰਾ ਨੂੰ ਐਜ ਏ ਸਰਪੰਚ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ
ਇਹਦਾ ਆਪਾਂ ਨਗਰ ਦੀ ਕਚਹਿਰੀ ਦੇ ਵਿੱਚ ਪੇਸ਼ ਹੋਏ ਹਾਂ, ਫਤਵਾ ਉਹਨਾਂ ਦੇ ਹੱਥ ਹੈ ਜੀ। ਇਤਿਹਾਸਿਕ ਪਿੰਡ ਡਰੋਲੀ ਭਾਈ, ਇਹ ਠਾਠਾ ਮਾਰਦਾ ਕੱਟ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਧੰਨਵਾਦ ਹੈ ਜੀ ਪੰਜਾਬ ਪਲੱਸ ਚੈਨਲ ਦਾ, ਜਿਹਦੇ ਸਾਡੇ ਪਿੰਡ ਪਹੁੰਚੇ ਹੋ ਅਤੇ ਕਵਰੇਜ ਕਰ ਰਹੇ ਹੋ ਤੁਸੀਂ। ਇਸ ਇਕੱਠ ਦਾ ਤੁਸੀਂ ਦੇਖ ਹੀ ਰਹੇ, ਜਿਹੜਾ ਇਕੱਠ ਹੈਗਾ ਜੀ, ਸਰਪੰਚੀ ਦਾ ਬਿਗਲ ਵੱਜ ਚੁੱਕਿਆ ਪਿੰਡ ਦੇ ਵਿੱਚ ਜੀ। ਇਸ ਕਰਕੇ ਸਰਪੰਚੀ ਦੇ ਵਿੱਚ ਖੜ੍ਹੇ ਹੋਏ ਹਾਂ ਪਿੰਡ ਵੱਲੋਂ ਜੀ, ਸਾਂਝੇ ਤੌਰ 'ਤੇ, ਸਾਂਝੇ ਉਮੀਦਵਾਰ ਹਾਂ ਪਿੰਡ ਦੇ, ਕਿਸੇ ਪਾਰਟੀ ਦੇ ਨਹੀਂ ਹੈਗੇ ਜੀ। ਅਤੇ ਬਾਕੀ ਤੁਹਾਨੂੰ ਪਤਾ ਲੱਗ ਜੂਗਾ ਸਾਰੇ ਬੰਦਿਆਂ ਨੂੰ ਮਿਲ ਕੇ, ਜਿਸ ਤਰ੍ਹਾਂ ਸਾਬਕਾ ਸਰਪੰਚ ਬਲਵਿੰਦਰ ਸਿੰਘ ਜੀ ਹੈਗੇ ਨੇ, ਸਾਬਕਾ ਫੌਜੀ ਸਾਹਿਬ ਇਹਨਾਂ ਦੀ ਯੂਨੀਅਨ ਹੈਗੀ, ਇਹ ਹੈਗੇ ਨੇ ਸਾਡੇ ਭਾਈ ਪਰਉਪਕਾਰ ਸਿੰਘ ਜੀ, ਸਾਬਕਾ ਚੇਅਰਮੈਨ ਰਹੇ ਨੇ, ਸਰਪੰਚ ਵੀ ਰਹੇ ਨੇ, ਉਹਨਾਂ ਦੇ ਬੇਟੇ ਨੇ ਭਾਈ ਇੰਦਰਪ੍ਰੀਤ ਸਿੰਘ ਜੀ ਨਾਲ। ਠੀਕ ਹੈ ਜੀ, ਕੈਪਟਨ ਸਾਹਿਬ ਦਾ ਪਰਿਵਾਰ ਹੈ ਜੀ, ਸਾਡੇ ਕੈਪਟਨ ਸਾਹਿਬ ਜੀ ਬਾਰੇ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਬੜੀ ਚੰਗੀ ਤਰ੍ਹਾਂ, ਉਹਨਾਂ ਦਾ ਪਰਿਵਾਰ ਹੈ ਜੀ ਸਾਰਾ, ਵੀਰ ਕੋਲੜੀ ਜੀ ਨੇ, ਅਤੇ ਸਾਡੇ ਬਲਾਕ ਪ੍ਰਧਾਨ, ਬਲਾਕ ਸਮਿਤੀ ਦੇ ਮੈਂਬਰ ਨੇ ਜੀ ਭਾਈ ਜੀ ਸਾਹਿਬ ਸਿੰਘ ਜੀ, ਸਾਬਕਾ ਸਰਪੰਚ ਬਲਜੀਤ ਸਿੰਘ ਜੀ ਦੇ ਨਾਲ ਜੀ। ਇਹ ਸਾਰੇ ਬੰਦਿਆਂ ਦੇ ਨਾਲ ਰਲ ਮਿਲ ਕੇ ਅਤੇ ਪਿੰਡ ਦੇ ਇਸ ਉਪਰਾਲੇ ਨੂੰ ਚੱਕਿਆ ਜੀ, ਇਹਨਾਂ ਨੇ ਆਪਣੇ ਸਿਰ 'ਤੇ ਬੀੜਾ ਰੱਖਿਆ ਇਹ, ਹੁਣ ਦੇਖਦੇ ਹਾਂ ਅੱਗੇ ਸੰਗਤ ਦਾ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ। ਸਰਦਾਰ ਕੁਲਦੀਪ ਸਿੰਘ ਪਹਿਲਾਂ ਤੋਂ ਹੀ ਸਮਾਜ ਸੇਵੀ ਵਰਕ ਦੇ ਵਿੱਚ ਘੁੰਮਦਾ ਰਿਹਾ, ਪਿਛਲੀ ਵਾਰੀ ਇਹਨਾਂ ਦੀ ਵਾਈਫ ਪੰਚਾਇਤ ਮੈਂਬਰ ਸੀਗੀ, ਇਸ ਵਾਰ ਅਸੀਂ ਸਾਰਿਆਂ ਨੇ ਰਲ ਮਿਲ ਕੇ, ਨਗਰ ਨੇ ਬਹੁਤ ਵਾਰ ਜਿੰਨੇ ਵੀ ਹੈ ਮਲਾਈ ਕਹਿ ਸਕਦੇ ਹਾਂ, ਸਾਰੇ ਦੇ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ। ਪਿੰਡ ਵੱਲੋਂ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਸਾਨੂੰ, ਜਿਹਦੇ ਕੋਲ ਵੀ ਜਾਈਦਾ ਜਿਸ ਹੁੰਦੀ ਹੈ, ਸਾਰੀਆਂ ਸੰਸਥਾਵਾਂ ਜੁੜੀਆਂ ਇਹਨਾਂ ਦਾ, ਜਿਵੇਂ ਗੁਰਸਿੱਖੀ ਬਾਰੇ ਵੀ ਹੈਗਾ, ਪਿਛਲੀ ਵਾਰ ਵੀ ਅਸੀਂ ਕੈਂਪ ਲਵਾਇਆ ਸੀ, ਇਸ ਵਾਰ ਵੀ ਅਸੀਂ ਕੈਂਪ ਗੁਰੂ ਨਾਨਕ ਗੁਰਪੁਰਬ 'ਤੇ ਲਾ ਰਹੇ ਹਾਂ, ਅਤੇ ਪੂਰਾ ਸਹਿਯੋਗ ਦਿੰਦੇ ਆ, ਹਰੇਕ ਥਾਂ 'ਤੇ ਖੜ੍ਹਦੇ ਆ। ਜਿਵੇਂ ਮੈਡੀਕਲ ਦਾ ਹੈਗਾ, ਮੈਡੀਕਲ ਬਾਰੇ ਬਹੁਤ ਚਿੰਤਤ ਹੈ, ਹੋਸਪਿਟਲ ਦਾ ਸਾਡੇ ਹੋਸਪਿਟਲ ਬਣਿਆ ਹੋਇਆ ਆਲਰੇਡੀ, ਉੱਥੇ ਸਟਾਫ ਦੀ ਘਾਟ ਹੈ, ਉਹਨੂੰ ਪੂਰਾ ਕਰਾਂਗੇ। ਐਜੂਕੇਸ਼ਨ ਬਾਰੇ ਵੀ ਹੈ, ਜਿਵੇਂ ਕਹਿੰਦੇ ਜਿੱਥੇ ਕਹਿੰਦੇ ਉਦੋਂ ਹੀ ਖੜ੍ਹਦੇ ਆ ਨਾਲ, ਇਹ ਬਹੁਤ ਇਹਨਾਂ ਦਾ ਉਪਰਾਲਾ ਅਤੇ ਬਹੁਤ ਵਧੀਆ ਕੰਮ। ਅੰਕਲ ਜੀ ਕੀ ਕਹਿਣਾ ਚਾਹੋਗੇ ਕਿ ਇਹ ਇਤਿਹਾਸਿਕ ਪਿੰਡ ਜੀ ਦਾ ਬਹੁਤ ਵੱਡਾ ਇਤਿਹਾਸ ਹੈਗਾ, ਜਿਹਦੇ 'ਚ ਧਾਰਮਿਕ ਸਖੀਤਾਂ ਜਿਹੜੀਆਂ ਹੈਗੀਆਂ ਨੇ, ਬਹੁਤ ਮਹਾਂਪੁਰਖ ਨੇ, ਬਹੁਤ ਵੱਡੇ ਵੱਡੇ ਸਥਾਨ ਬਣੇ ਹੋਏ ਨੇ, ਲੋਕ ਸੈਕਿੰਡ ਨਕਮਸਤਕ ਹੋਣ ਲਈ ਇਸ ਪਿੰਡਾਂ 'ਚ ਆਉਂਦੇ ਆ, ਔਰ ਤੁਸੀਂ ਇੱਥੋਂ ਦੇ ਵਸਨੀਕ ਹੋ? ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਜੀਤਾ ਜੀ ਦਾ ਜਨਮ ਸਥਾਨ ਇੱਥੇ ਹੈ। ਗੁਰੂ ਹਰਗੋਬਿੰਦ ਸਿੰਘ ਮਹਾਰਾਜ 2 ਸਾਲ ਤੋਂ ਉੱਪਰ ਡਰੋਲੀ ਭਾਈ ਵਿੱਚ ਕੇ ਰਹੇ ਹੈ ਜੀ। ਅਸੀਂ ਸਾਰੀ ਟੀਮ ਕੁਲਦੀਪ ਸਿੰਘ ਦਾ ਸਹਿਯੋਗ ਦਿੰਦੇ ਹਾਂ, ਬਹੁਤ ਧੰਨਵਾਦ ਕਰਦੇ ਹਾਂ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਜਿਵੇਂ ਇੱਕ ਲੜੀ 'ਚ ਪੁਰਿਆ ਹੋਵੇ ਪਿੰਡ, ਉਵੇਂ ਲੱਗ ਰਿਹਾ ਹੈਗਾ, ਔਰ ਹਰੇਕ ਵਰਗ, ਹਰੇਕ ਭਾਈਚਾਰਾ ਜਿਹੜਾ ਹੈਗਾ ਉਹ ਸਮਰਥਨ ਦੇ ਰਿਹਾ ਉਸ ਨੌਜਵਾਨ ਨੂੰ ਜਿਹੜਾ ਪੂਰੀ ਤਰ੍ਹਾਂ ਪਿੰਡ ਦੇ ਨਾਲ ਆਸਪਤ ਹੈਗਾ ਕਿ ਅਸੀਂ ਪਿੰਡ ਦਾ ਪੂਰਾ ਵਿਕਾਸ ਕਰਾਂਗੇ? ਦੇਖੋ ਜੀ, ਜਿਹੜੀ ਲੜੀ ਹੁੰਦੀ ਹੈ ਨਾ, ਇਹ ਅੱਡ ਅੱਡ ਮੋਤੀਆਂ ਨਾਲ ਪਰੋ ਕੇ ਬਣੀ ਹੋਈ ਹੈ, ਇਹ ਇੱਕ ਮੋਤੀਆਂ ਦੀ ਨਿੱਘੀ, ਸਾਰੇ ਅੱਡ ਅੱਡ ਤਰ੍ਹਾਂ ਦੇ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦਾ ਸਹਿਯੋਗ ਕਰ ਰਹੇ ਹਾਂ, ਅਤੇ ਇਹਨਾਂ ਦੇ ਸਹਿਯੋਗ ਕਰਨ ਦਾ ਵਿਸ਼ੇਸ਼ ਕਾਰਨ ਵੀ ਹੈ ਸਾਡਾ, ਵੀ ਅਸੀਂ ਚਾਹੁੰਦੇ ਸੀ ਵੀ ਕੋਈ ਲੰਮੀ ਸੋਚ ਵਾਲਾ ਬੰਦਾ, ਵਿਅਕਤੀ ਤੱਕ ਜਿਹੜਾ ਸਾਡੀ ਸਰਪੰਚੀ ਦਾ ਕਾਬਲ ਹੋਵੇ, ਉਹਨੂੰ ਅਸੀਂ ਮੂਹਰੇ ਲਿਆਈਏ, ਅਤੇ ਇਹਨਾਂ ਦੇ ਉੱਤੇ ਆ ਕੇ ਤਕਰੀਬਨ ਸਾਡੀ ਸੋਚ ਹੈ ਜਿਹੜੀ ਰੁਕ ਗਈ, ਅਤੇ ਇਸ ਕਰਕੇ ਅਸੀਂ ਇਹਨਾਂ ਨੂੰ ਹੀ ਮੂਹਰੇ ਕੀਤਾ ਹੋਇਆ, ਅਤੇ ਆਸ਼ਾ ਵੀ ਹੈ ਵੀ ਇਹ ਵਧੀਆ ਕੰਮ ਕਰਨਗੇ ਪਿੰਡ ਦੇ ਵਾਸਤੇ, ਅਤੇ ਤਾਂ ਕਰਕੇ ਸਾਡੇ ਪਿੰਡ ਦੀ, ਸਾਡੇ ਬੱਚਿਆਂ ਦੀ ਜਿਹੜੇ ਬਾਹਰ ਨੂੰ ਜਾ ਰਹੇ ਆ, ਖਾਸ ਕਰਕੇ ਬੱਚੇ, ਉਹਨਾਂ ਦਾ ਭਵਿੱਖ ਉੱਥੇ ਬਹੁਤ ਖਰਾਬ ਹੋ ਰਿਹਾ, ਉਹਨਾਂ ਦੀ ਬਾਬਤ ਵੀ ਅਸੀਂ ਚਾਹੁੰਦੇ ਹਾਂ ਵੀ ਇਹ ਕੁਛ ਵਧੀਆ ਉਪਰਾਲਾ ਕਰਨਗੇ, ਤਾਂ ਕਿ ਉਹਨਾਂ ਨੂੰ ਇੱਥੇ ਵੀ ਕੋਈ ਰੋਜ਼ਗਾਰ ਵਧੀਆ ਮਿਲ ਸਕੇ ਅਤੇ ਵਧੀਆ ਕੰਮ ਕਰ ਸਕਣ। ਪੰਜਾਬ ਪਲੱਸ ਵਾਲਿਆਂ ਦਾ ਚੈਨਲ ਦਾ ਧੰਨਵਾਦ ਕਰਨਾ ਜੀ, ਅਤੇ ਅਸੀਂ ਸਾਰੇ ਪਿੰਡ ਨੇ ਸਰਬਸੰਮਤੀ ਨਾਲ ਵਧੀਆ ਪੜ੍ਹਿਆ ਲਿਖਿਆ ਉਮੀਦਵਾਰ ਚੁਣਿਆ ਜੀ, 3-4 ਤਾਂ ਸਾਬਕਾ ਸਰਪੰਚ ਜੀ ਸਾਨੂੰ ਸਹਿਯੋਗ ਦੇ ਰਹੇ ਆ ਜੀ, ਬਲਾਕ ਸਮਿਤੀ ਮੈਂਬਰ ਸਾਬਕਾ ਜੀ, ਸਾਰਾ ਸਾਨੂੰ ਪੂਰਾ ਉਤਸ਼ਾਹ ਮਿਲ ਰਿਹਾ ਜੀ, ਅਤੇ ਬਾਕੀ ਸਾਡੇ ਜਿਹੜੇ ਮੇਨ ਮੁੱਦੇ ਆ ਜੀ, ਪਾਣੀ, ਸਿਹਤ ਸਹੂਲਤਾਂ, ਉਹਨਾਂ ਅਸੀਂ ਧਿਆਨ ਦੇਵਾਂਗੇ ਖਾਸ ਕਰਕੇ, ਅਤੇ ਸਾਨੂੰ ਆਸ ਹੈ ਵੀ ਅਸੀਂ ਸਭ ਤੋਂ ਪਹਿਲਾਂ ਹੁਣ ਐਰਕੀ ਪਾਰਕ ਤਿਆਰ ਕਰਾਉਣਾ ਜੀ, ਲੇਡੀਜ਼ ਕੱਲ੍ਹ ਓਨਲੀ ਲੇਡੀਜ਼, ਅਤੇ ਜਿਵੇਂ ਆਪ ਸੜਕ 'ਤੇ ਨਿਕਲਦੇ ਆ ਬੱਚੇ ਸੈਰ ਕਰਨ, ਅਤੇ ਕਈ ਹਾਦਸੇ ਹੋ ਜਾਂਦੇ ਆ ਜੀ, ਅਤੇ ਅਸੀਂ ਪਾਰਕ ਦਾ ਕਰਾਂਗੇ ਜੀ, ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਾਂਗੇ ਜੀ, ਨਸ਼ਿਆਂ ਦਾ ਉਪਰਾਲਾ ਕਰਾਂਗੇ, ਕਮੇਟੀਆਂ ਬਣਾ ਕੇ ਪਿੰਡ 'ਚ। ਹਾਂਜੀ ਨਾਲ ਆ ਜੀ ਭਾਈ ਕੁਲਦੀਪ ਨੂੰ, ਅਸੀਂ ਸਾਰੇ ਰਲ ਮਿਲ ਕੇ ਅਸੀਂ ਸਾਰਿਆਂ ਦੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਖੜ੍ਹਾ ਕੀਤਾ ਜੀ, ਅਤੇ ਸਾਰੇ ਨਗਰ ਵਾਸੀ ਇਹਨਾਂ ਦੇ ਨਾਲ ਆ, ਸਹਿਯੋਗ ਕਰਦੇ ਆ ਜੀ, ਅਤੇ ਪਰਮਾਤਮਾ ਕਿਰਪਾ ਕਰੋ। ਤੁਹਾਨੂੰ ਜੀ ਕੀ ਕਹਿਣਾ ਚਾਹੋਗੇ ਕਿ ਬੜਾ ਉਤਸ਼ਾਹ ਸਾਰਿਆਂ ਦੇ ਵਿੱਚ, ਸ਼ਾਮ ਦਾ ਟਾਈਮ ਆ, ਗਰਮੀ ਆ ਪੂਰੀ, ਲੇਕਿਨ ਸਾਰਿਆਂ ਦੇ ਵਿੱਚ ਪੂਰਾ ਉਤਸ਼ਾਹ? ਬਾਈ ਜੀ ਚੋਣ ਅਖਾੜਾ ਭੱਖ ਚੁੱਕਿਆ, ਪੰਚਾਇਤੀ ਇਲੈਕਸ਼ਨ ਦਾ ਜਦੋਂ ਦਾ ਬਿਗਲ ਵੱਜਿਆ ਜੀ, ਸਾਰੀਆਂ ਧਿਰਾਂ ਨੇ ਸਾਂਝੇ ਤੌਰ 'ਤੇ ਨਿਰਪੱਖ ਹੋ ਕੇ ਬਾਈ ਕੁਲਦੀਪ ਸਿੰਘ ਹੋਣਾਂ ਨੂੰ ਸਪੋਰਟ ਕੀਤੀ, ਇਹ 'ਚ ਇਕੱਲੀਆਂ ਪੋਲੀਟੀਕਲ ਪਾਰਟੀਆਂ ਨੇ ਸਪੋਰਟ ਨਹੀਂ ਕੀਤੀ, ਜੋ ਕਲੱਬਾਂ, ਜੋ ਧਾਰਮਿਕ ਸੰਸਥਾਵਾਂ, ਸਾਰੀਆਂ ਬਾਈ ਜੀ ਦੇ ਨਾਲ ਆ, ਅਤੇ ਅਸੀਂ ਉਮੀਦ ਕਰਦੇ ਵੀ ਨਗਰ ਨਿਵਾਸੀ ਸਾਡਾ ਸਹਿਯੋਗ ਦੇਣਗੇ, ਕਿਉਂਕਿ ਲੰਮੀ ਰੇਸ ਦਾ ਘੋੜਾ ਬੰਦਾ ਨਾ, ਵਧੀਆ ਕੰਮ ਕਰੂਗਾ ਪਿੰਡ ਲਈ ਹੈ ਨਾ, ਅਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮੈਂ ਤਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦਾ
ਵੀ ਵੇਖੋ ਵੀ ਪਾਰਟੀਆਂ ਪੂਲਟੀਆਂ ਨੂੰ ਖੇੜਾ ਛੱਡੋ ਵੀ ਚੰਗੇ ਇਨਸਾਨ ਦੀ ਖੋਜ ਕਰੋ ਚੰਗਾ ਇਨਸਾਨ ਮੈਂ ਕਹਿੰਦਾ ਵੀ ਅਸੀਂ ਲੱਭ ਲਿਆ ਹੁਣ ਸਾਡਾ ਸੰਯੋਗ ਕਰ ਰਹੇ ਨਗਰ ਨਿਵਾਸੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਨਗਰ ਨੂੰ ਵੀ ਸੰਯੋਗ ਕਰੋ ਬਾਈ ਕੁਲਦੀਪ ਸਿੰਘ ਹੁਣੇ ਨੂੰ ਜਿੱਤ ਯਕੀਨੀ ਬਣਾਈ ਜਾਵੇ ਆਪਾਂ ਦੇਖ ਸਕਦੇ ਹਾਂ ਕਿ ਸਾਰਾ ਜਿਹੜਾ ਪਿੰਡ ਹੈਗਾ ਉਹ ਨਕਮਸਤਕ ਹੈਗਾ ਉਸ ਇਸ ਜਗ੍ਹਾ ਦੇ ਉੱਪਰ ਕਿ ਅਸੀਂ ਇੱਕ ਵੀਰ ਨੂੰ ਜਿਹੜਾ ਹੈਗਾ ਸਤੋਸ਼ ਚੌਧਰੀ ਸੋਚ ਤੇ ਪਹਿਰਾ ਦੇਣਾ ਬਹੁਤ ਜ਼ਿਆਦਾ ਟਾਈਮ ਹੋ ਚੁੱਕਿਆ ਸਾਰੇ ਬੰਦੇ ਨੇ ਜਾਣਾ ਕੰਪੇਨ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੱਤੇਗਾ ਵੀ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਜਿੱਤੂਗਾ ਵੀ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਜਿੱਤੂਗਾ ਬਾਈ ਜਿੱਤੂਗਾ 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 ਜਿੱਤੂਗਾ।